ਅੱਜ ਅਸੀਂ ਲਾਉਣਾ ਸੀ ਗੇੜਾ ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਸੀ ਅਤੇ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਐਲਬਮ ਕੀਤੀ ਸੀ ਰਿਲੀਜ਼ ਅਤੇ ਬਸ ਜਦੋਂ ਕੋਈ ਵੀ ਪ੍ਰੋਜੈਕਟ ਕਰੀਏ ਫਿਰ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਸ਼੍ਰੀ ਗੁਰੂ ਰਾਮਦਾਸ ਜੀ ਤੋਂ। ਸੋ ਹਮੇਸ਼ਾ ਹੀ ਬਹੁਤ ਕੁਛ ਮੰਗਿਆ ਇੱਥੋਂ ਅਤੇ ਬਹੁਤ ਕੁਛ ਮਿਲਿਆ। ਸੋ ਪਰਮਾਤਮਾ ਇੱਦਾਂ ਹੀ ਕਿਰਪਾ ਬਣਾਈ ਰੱਖੇ, ਸਰਬੱਤ ਦਾ ਭਲਾ ਕਰੇ। ਸੋ ਉਹਨਾਂ ਦੇ ਨਾਲ ਨਾਲ ਸਾਡੇ 'ਤੇ ਵੀ ਕਿਰਪਾ ਬਣਾਈ ਰੱਖੇ ਪਰਮਾਤਮਾ। ਨਵਾਂ ਪ੍ਰੋਜੈਕਟ ਕੀ ਲੈ ਕੇ ਆ ਰਹੇ ਹੋ? ਅਸੀਂ 30 ਤਰੀਕ ਨੂੰ ਰਿਲੀਜ਼ ਕੀਤਾ ਸੀਗਾ ਕਿਉਂਕਿ ਮੈਂ ਹਮੇਸ਼ਾ ਹੀ ਨਾ ਜਿਵੇਂ ਦਸੰਬਰ ਮਹੀਨੇ ਪ੍ਰੋਜੈਕਟ ਕਰਦਾ ਨਹੀਂ ਆ, ਗਾਣੇ ਜਿਹੜੇ ਕਮਰਸ਼ੀਅਲ ਗਾਣੇ ਮੈਂ ਰਿਲੀਜ਼ ਨਹੀਂ ਕਰਦਾ ਕਿਉਂਕਿ ਸ਼ਹੀਦੀਆਂ ਦੇ ਦਿਨ ਆਉਣ ਵਾਲੇ ਨੇ ਅੱਗੇ ਅਤੇ ਇਹ ਪੂਰਾ ਦਾ ਪੂਰਾ ਮਹੀਨਾ ਸਾਡੇ ਸਾਰਿਆਂ ਵਾਸਤੇ ਬੜਾ ਸੰਜੀਦਾ ਮਹੀਨਾ ਅਤੇ ਇਹਨਾਂ ਦਿਨਾਂ ਵਿੱਚ ਮੈਂ ਕੰਮ ਘੱਟ ਕਰਦਾ ਅਤੇ ਇਸ ਕਰਕੇ ਫਿਰ ਮੈਨੂੰ ਆਇਆ ਸੀਗਾ ਕਿ ਮੈਂ ਐਲਬਮ ਜਿਹੜੀ ਉਹ 30 ਤਰੀਕ ਨੂੰ ਰਿਲੀਜ਼ ਕਰਦਾ ਅਤੇ ਅਸੀਂ ਫਿਰ ਸਾਰੇ ਦੇ ਸਾਰੇ ਗਾਣੇ 30 ਤਰੀਕ ਨੂੰ ਰਿਲੀਜ਼ ਕੀਤੇ ਅਤੇ ਹੁਣ ਹੌਲੀ ਹੌਲੀ ਅੱਗੇ ਇੱਕ ਫਿਲਮ ਕੀਤੀ ਹੋਈ ਹੈ ਅਤੇ ਪਿੰਡ ਵਾਲਾ ਸਕੂਲ ਅਤੇ ਉਹ ਵੀ ਅਸੀਂ ਛੇਤੀ ਰਿਲੀਜ਼ ਕਰਾਂਗੇ। ਸੋ ਪਰਮਾਤਮਾ ਤੋਂ ਹਮੇਸ਼ਾ ਆਸ਼ੀਰਵਾਦ ਲੈਣ ਆਈਦਾ। ਰਾਮਦਾਸ ਜੀ ਦਾ ਦੱਸੋ ਕੀ ਮੰਗਿਆ ਤੁਸੀਂ? ਬਸ ਆਸ਼ੀਰਵਾਦ ਮੰਗਿਆ ਕਿ ਪਰਮਾਤਮਾ ਇੱਦਾਂ ਹੀ ਕਿਰਪਾ ਬਣਾਈ ਰੱਖੇ ਕਿਉਂਕਿ ਲਗਭਗ 18-20 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਇਸ ਇੰਡਸਟਰੀ 'ਚ ਅਤੇ ਬੜੀ ਬੜੀ ਕਿਰਪਾ ਮਹਾਰਾਜ ਦੀ ਅਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੁੰਦਾ ਵੀ ਜਦੋਂ ਮੇਰਾ ਸਮਾਂ ਹੋਵੇ ਅਤੇ ਮੈਂ ਆਉਂਦਾ ਹੀ ਰਹਿੰਦਾ। ਕਈ ਵਾਰੀ ਔਫੀਸ਼ੀਅਲ ਟੂਰ ਮਤਲਬ ਆਈ ਦਾ ਆਪਣਾ ਮੱਥਾ ਟੇਕਣ, ਕਈ ਵਾਰੀ ਐਂ ਹੁੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਆਪਾਂ ਜਦੋਂ ਸੇਵਾ 'ਤੇ ਆਈਏ ਕਦੀ, ਅਤੇ ਫਿਰ ਹੁਣ ਪਿੱਛੇ ਜੇ 5-6 ਦਿਨ ਦੀ ਸੇਵਾ ਕਰਕੇ ਗਏ ਸੀਗੇ ਅਤੇ ਬਸ ਇਸ ਦਰ ਤੋਂ ਜੋ ਮੰਗਿਆ ਉਹ ਸਾਰਾ ਕੁਛ ਮਿਲਿਆ ਹੁਣ ਤੱਕ। ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਬਸ ਮੈਂ ਇਹੀ ਕਹੂੰਗਾ ਚੰਗਾ ਮਿਊਜ਼ਿਕ ਸੁਣੋ, ਚੰਗੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਸਪੋਰਟ ਕਰੋ, ਆਪਣੇ ਮਾਪਿਆਂ ਦੀ ਸੇਵਾ ਕਰੋ। ਸੋ ਇਹੀ ਮੈਸੇਜ ਹੈ, ਬਾਕੀ ਅੱਜ ਕੱਲ੍ਹ ਦੁਨੀਆ ਪੜ੍ਹੀ ਲਿਖੀ ਹੈ। ਅੱਜ ਅਸੀਂ ਲਾਉਣਾ ਸੀ ਗੇੜਾ ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਸੀ ਅਤੇ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਐਲਬਮ ਕੀਤੀ ਸੀ ਰਿਲੀਜ਼ ਅਤੇ ਬਸ ਜਦੋਂ ਕੋਈ ਵੀ ਪ੍ਰੋਜੈਕਟ ਕਰੀਏ ਫਿਰ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਸ਼੍ਰੀ ਗੁਰੂ ਰਾਮਦਾਸ ਜੀ ਤੋਂ। ਸੋ ਹਮੇਸ਼ਾ ਹੀ ਬਹੁਤ ਕੁਛ ਮੰਗਿਆ ਇੱਥੋਂ ਅਤੇ ਬਹੁਤ ਕੁਛ ਮਿਲਿਆ। ਸੋ ਪਰਮਾਤਮਾ ਇੱਦਾਂ ਹੀ ਕਿਰਪਾ ਬਣਾਈ ਰੱਖੇ, ਸਰਬੱਤ ਦਾ ਭਲਾ ਕਰੇ। ਸੋ ਉਹਨਾਂ ਦੇ ਨਾਲ ਨਾਲ ਸਾਡੇ 'ਤੇ ਵੀ ਕਿਰਪਾ ਬਣਾਈ ਰੱਖੇ ਪਰਮਾਤਮਾ। ਨਵਾਂ ਪ੍ਰੋਜੈਕਟ ਕੀ ਲੈ ਕੇ ਆ ਰਹੇ ਹੋ? ਅਸੀਂ 30 ਤਰੀਕ ਨੂੰ ਰਿਲੀਜ਼ ਕੀਤਾ ਸੀਗਾ ਕਿਉਂਕਿ ਮੈਂ ਹਮੇਸ਼ਾ ਹੀ ਨਾ ਜਿਵੇਂ ਦਸੰਬਰ ਮਹੀਨੇ ਪ੍ਰੋਜੈਕਟ ਕਰਦਾ ਨਹੀਂ ਆ, ਗਾਣੇ ਜਿਹੜੇ ਕਮਰਸ਼ੀਅਲ ਗਾਣੇ ਮੈਂ ਰਿਲੀਜ਼ ਨਹੀਂ ਕਰਦਾ ਕਿਉਂਕਿ ਸ਼ਹੀਦੀਆਂ ਦੇ ਦਿਨ ਆਉਣ ਵਾਲੇ ਨੇ ਅੱਗੇ ਅਤੇ ਇਹ ਪੂਰਾ ਦਾ ਪੂਰਾ ਮਹੀਨਾ ਸਾਡੇ ਸਾਰਿਆਂ ਵਾਸਤੇ ਬੜਾ ਸੰਜੀਦਾ ਮਹੀਨਾ ਅਤੇ ਇਹਨਾਂ ਦਿਨਾਂ ਵਿੱਚ ਮੈਂ ਕੰਮ ਘੱਟ ਕਰਦਾ ਅਤੇ ਇਸ ਕਰਕੇ ਫਿਰ ਮੈਨੂੰ ਆਇਆ ਸੀਗਾ ਕਿ ਮੈਂ ਐਲਬਮ ਜਿਹੜੀ ਉਹ 30 ਤਰੀਕ ਨੂੰ ਰਿਲੀਜ਼ ਕਰਦਾ ਅਤੇ ਅਸੀਂ ਫਿਰ ਸਾਰੇ ਦੇ ਸਾਰੇ ਗਾਣੇ 30 ਤਰੀਕ ਨੂੰ ਰਿਲੀਜ਼ ਕੀਤੇ ਅਤੇ ਹੁਣ ਹੌਲੀ ਹੌਲੀ ਅੱਗੇ ਇੱਕ ਫਿਲਮ ਕੀਤੀ ਹੋਈ ਹੈ ਅਤੇ ਪਿੰਡ ਵਾਲਾ ਸਕੂਲ ਅਤੇ ਉਹ ਵੀ ਅਸੀਂ ਛੇਤੀ ਰਿਲੀਜ਼ ਕਰਾਂਗੇ। ਸੋ ਪਰਮਾਤਮਾ ਤੋਂ ਹਮੇਸ਼ਾ ਆਸ਼ੀਰਵਾਦ ਲੈਣ ਆਈਦਾ। ਰਾਮਦਾਸ ਜੀ ਦਾ ਦੱਸੋ ਕੀ ਮੰਗਿਆ ਤੁਸੀਂ? ਬਸ ਆਸ਼ੀਰਵਾਦ ਮੰਗਿਆ ਕਿ ਪਰਮਾਤਮਾ ਇੱਦਾਂ ਹੀ ਕਿਰਪਾ ਬਣਾਈ ਰੱਖੇ ਕਿਉਂਕਿ ਲਗਭਗ 18-20 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਇਸ ਇੰਡਸਟਰੀ 'ਚ ਅਤੇ ਬੜੀ ਬੜੀ ਕਿਰਪਾ ਮਹਾਰਾਜ ਦੀ ਅਤੇ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੁੰਦਾ ਵੀ ਜਦੋਂ ਮੇਰਾ ਸਮਾਂ ਹੋਵੇ ਅਤੇ ਮੈਂ ਆਉਂਦਾ ਹੀ ਰਹਿੰਦਾ। ਕਈ ਵਾਰੀ ਔਫੀਸ਼ੀਅਲ ਟੂਰ ਮਤਲਬ ਆਈ ਦਾ ਆਪਣਾ ਮੱਥਾ ਟੇਕਣ, ਕਈ ਵਾਰੀ ਐਂ ਹੁੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਆਪਾਂ ਜਦੋਂ ਸੇਵਾ 'ਤੇ ਆਈਏ ਕਦੀ,
ਅਤੇ ਫਿਰ ਹੁਣ ਪਿੱਛੇ ਜੇ 5-6 ਦਿਨ ਦੀ ਸੇਵਾ ਕਰਕੇ ਗਏ ਸੀਗੇ ਅਤੇ ਬਸ ਇਸ ਦਰ ਤੋਂ ਜੋ ਮੰਗਿਆ ਉਹ ਸਾਰਾ ਕੁਛ ਮਿਲਿਆ ਹੁਣ ਤੱਕ। ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਬਸ ਮੈਂ ਇਹੀ ਕਹੂੰਗਾ, ਚੰਗਾ ਮਿਊਜ਼ਿਕ ਸੁਣੋ, ਚੰਗੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਸਪੋਰਟ ਕਰੋ, ਆਪਣੇ ਮਾਪਿਆਂ ਦੀ ਸੇਵਾ ਕਰੋ। ਸੋ ਇਹੀ ਮੈਸੇਜ ਹੈ, ਬਾਕੀ ਅੱਜ ਕੱਲ੍ਹ ਦੁਨੀਆ ਪੜ੍ਹੀ ਲਿਖੀ ਹੈ,